ਸਾਡੀ ਤਾਂ ਜਵਾਨੀ ਪਰਦੇਸਾਂ ਵਿੱਚ ਬੀਤ ਗਈ ਸਾਡੀ ਤਾਂ ਜਵਾਨੀ ਪਰਦੇਸਾਂ ਵਿੱਚ ਬੀਤ ਗਈ ਪਿੰਡ ਜਦੋਂ ਯਾਦ ਆਇਆ ਦਿਲ ਵਿੱਚ ਚੀਸ ਪਈ ਬਾਕੀ ਚੀਸਾਂ ਪਈਆਂ ਜਦੋਂ ਇਹ ਜੇ ਆਪਣੀ ਧਰਤੀ ਤੋਂ ਦੂਰ ਚੱਲ ਜਾਂਦੇ ਹਾਂ ਰੁਜ਼ਗਾਰ ਦੀ ਖਾਤਰ ਹਨਾ ਆਪਾਂ ਉੱਥੇ ਜਾ ਕੇ ਵੱਸ ਜਾਂਦੇ ਹਾਂ ਇਹ ਮੇਰੇ ਪਿੱਛੇ ਖੜੇ ਆ ਜੀ ਦੁਆਬਾ ਰੋਡਵੇਜ਼ ਜਿਹੜੀ ਜਲੰਧਰ ਹੁਸ਼ਿਆਰਪੁਰ ਇਹਨਾਂ ਦੀ ਲਾਈਨ ਆ ਅਸੀਂ ਕਿਸੇ ਟਾਈਮ ਇਹਦੇ ਵਿੱਚ ਸਫ਼ਰ ਕਰਦੇ ਹੁੰਦੇ ਸੀਗੇ ਜੀ ਮੇਰੇ ਪਿੱਛੇ ਹੁਸ਼ਿਆਰਪੁਰ ਦਾ ITI ਕਾਲਜ ਅਤੇ ਮੈਂ ਉਹਨਾਂ ਸਾਰੇ ਵਿਦਿਆਰਥੀਆਂ ਨੂੰ ਦਿਖਾਉਣਾ ਚਾਹੁੰਦਾ ਜਿਨ੍ਹਾਂ ਨੇ ਪਹਿਲੇ ਸਮੇਂ 'ਚ ਇੱਥੇ ITI ਕੀਤੀ ਆ ਅੱਜ ਆਪਾਂ ਜਾ ਰਹੇ ਹਾਂ ਟਰੋਲੀ ਤੋਂ ਹੁਸ਼ਿਆਰਪੁਰ ਮੈਂ ਜਦ ਦੁਨੀਆ ਤੋਂ ਜਾਵਾਂ ਮੁੜ ਫੇਰ ਦੁਬਾਰਾ ਆਵਾਂ ਮੈਂ ਜੋ ਵੀ ਜੂਨ ਹਟਾਵਾਂ ਮੇਰਾ ਦੇਸ ਹੋਵੇ ਪੰਜਾਬ ਮੇਰਾ ਦੇਸ ਹੋਵੇ ਪੰਜਾਬ ਆਸ਼ਕੇ ਲੋਕਾਂ ਦੀ ਕਈ ਰਾਂਝੇ ਤੇ ਕਈ ਹੀਰਾਂ ਦੀ ਕਈ ਰਾਂਝੇ ਤੇ ਕਈ ਹੀਰਾਂ ਦੀ ਮੈਂ ਜਦ ਦੁਨੀਆ ਤੋਂ ਜਾਵਾਂ ਮੁੜ ਫੇਰ ਦੁਬਾਰਾ ਆਵਾਂ ਮੈਂ ਜੋ ਵੀ ਜੂਨ ਹਟਾਵਾਂ ਮੇਰਾ ਦੇਸ ਹੋਵੇ ਪੰਜਾਬ ਮੇਰਾ ਦੇਸ ਹੋਵੇ ਪੰਜਾਬ ਮੇਰਾ ਦੇਸ ਹੋਵੇ ਪੰਜਾਬ ਹਾਂਜੀ ਇਹ ਹੈ ਜੀ ਮੇਰੇ ਪਿੱਛੇ ਹੁਸ਼ਿਆਰਪੁਰ ਦਾ ITI ਕਾਲਜ ਅਤੇ ਮੈਂ ਉਹਨਾਂ ਸਾਰੇ ਵਿਦਿਆਰਥੀਆਂ ਨੂੰ ਦਿਖਾਉਣਾ ਚਾਹੁੰਦਾ ਜਿਨ੍ਹਾਂ ਨੇ ਪਹਿਲੇ ਸਮੇਂ 'ਚ ਇੱਥੇ ITI ਕੀਤੀ ਆ ਅੱਜ ਆਪਾਂ ਤੁਹਾਨੂੰ ਸਾਰੇ ਹੁਸ਼ਿਆਰਪੁਰ ਦੇ ਕਾਲਜ ਦਿਖਾਉਣੇ ਵਾਰੀ ਵਾਰੀ ਫਿਰ ਇਵੇਂ ਤਾਂ ਵੀਡੀਓ ਬਣਾਉਣ ਲੱਗਾ ਕਿਉਂਕਿ ਮੇਰੇ ਵਾਂਗੂ ਬਹੁਤ ਸਾਰੇ ਜਿਹੜੇ ਪੰਜਾਬੀ ਜੋ ਵਿਦੇਸ਼ਾਂ ਜਾ ਕੇ ਵੱਸ ਗਏ ਆ ਅਤੇ ਹੁਣ ਉਹ ਜਿਹੜੇ ਜੋ ਪੰਜਾਬ ਆਉਣ ਨੂੰ ਉਹਨਾਂ ਨੂੰ ਟਾਈਮ ਲੱਗ ਜਾਂਦਾ ਆ ਨਹੀਂ ਆ ਸਕਦੇ ਕਹਿੰਦੇ ਕਹਿੰਦੇ ਸਾਲ ਹੋ ਗਏ ਕਿਉਂਕਿ ਮੈਂ ਖੁਦ ਬਹੁਤ ਸਾਲਾਂ ਬਾਅਦ ਮੁੜ ਕੇ ਆਇਆ ਫਿਰ ਇੱਕ ਮੇਰੀ ਛੋਟੀ ਜਿਹੀ ਕੋਸ਼ਿਸ਼ ਆ ਉਹਨਾਂ ਨੂੰ ਦੁਬਾਰਾ ਤੇ ਉਹਨਾਂ ਦੀ ਯਾਦਾਂ ਤਾਜ਼ੀਆਂ ਕਰਾਉਣ ਵਾਸਤੇ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਹੜਾ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਬੋਰਡ ਹੈਗਾ ਜੀ ਸਰਕਾਰੀ ਪੋਲੀਟੈਕਨੀਕਲ ਕਾਲਜ ਹੁਸ਼ਿਆਰਪੁਰ ਇਹਦੇ ਵੀ ਬਹੁਤ ਸਾਰੇ ਵਿਦਿਆਰਥੀ ਵਿਦੇਸ਼ਾਂ ਵਿੱਚ ਵਸੇ ਹੋਣਗੇ ਹੁਣ ਤੇ ਉਹ ਮੇਰੇ ਉਸ ਪਾਸੇ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਰੇਹੜੀਆਂ ਲੱਗੀਆਂ ਖਾਣ ਪੀਣ ਦੀਆਂ ਉਹਨਾਂ ਦਿਨਾਂ 'ਚ ਇੱਕੋ ਹੁੰਦੀ ਸੀਗੀ ਜਿਹੜੀ ਛੋਲੇ ਭਟੂਰੇ ਤੇ ਨਾਲ ਰੱਖਦੇ ਹੁੰਦੇ ਸੀਗੇ ਉਹ ਤੰਦੂਰੀ ਨਾਨ ਦੋਸਤ ਇਹ ਸਾਰੇ ਜਿਹੜੇ ਵਿਦਿਆਰਥੀ ਉੱਥੇ ਖਾਂਦੇ ਹੁੰਦੇ ਸੀ ਬੜੀਆਂ ਜ਼ਿਆਦਾ ਤਾਜ਼ੀਆਂ ਹੋ ਰਹੀਆਂ ਮਰੀਆਂ ਉਸ ਪਾਸੇ ਦੇਖ ਕੇ ਬੀਤੀਆਂ ਗੱਲਾਂ ਸਮੇਂ ਪੁਰਾਣੇ ਜੋ ਛੋਲੇ ਬਲਦਾਨੇ ਖਾਣੇ ਬਾਪੂ ਨੇ ਮੁੱਠੀ ਪਰ ਚੱਬ ਲੈਣੇ ਇੱਕੋ ਜਿਹੀਆਂ ਖੁਰਾਕਾਂ ਖਾ ਕੇ ਬੰਜਰ ਜ਼ਮੀਨਾਂ ਤੇ ਹਲਵਾ ਕੇ ਮਿੱਟੀ ਵਿੱਚੋਂ ਹੀਰੇ ਲੱਭ ਲੈਣੇ ਸਭ ਬਦਲ ਗਈਆਂ ਰਾਵਾਂ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੈ ਜੀ ਹੁਸ਼ਿਆਰਪੁਰ ਦਾ ਸਰਕਾਰੀ ਕਾਲਜ ਹੁਸ਼ਿਆਰਪੁਰ ਜਿਹਨੂੰ ਆਪਾਂ ਸਾਰੇ ਗੌਰਮੈਂਟ ਕਾਲਜ ਹੁਸ਼ਿਆਰਪੁਰ ਦੇ ਨਾਂ ਨਾਲ ਜਾਣਦੇ ਹਾਂ ਹੁਣ ਤੇ ਇੱਥੇ ਜਿਹੜਾ ਬਾਹਰ ਪਿੱਛੇ ਦੇਖਦੇ ਗੇਟ ਲੱਗਾ ਹੋਇਆ ਮੇਨ ਕਿਸੇ ਸਮੇਂ ਇੱਥੇ ਸਿਰਫ ਡੰਡਾ ਲੱਗਾ ਹੁੰਦਾ ਸੀਗਾ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਇਹਦੀ ਕੌਫੀ ਤੇ ਸਮੋਸੇ ਬੜੇ ਮਸ਼ਹੂਰ ਹੁੰਦੇ ਸੀ ਜਿਹੜੇ ਅਸੀਂ ਬਹੁਤ ਖਾਧੇ ਆ ਹੁਣ ਤਾਂ ਮੈਨੂੰ ਪਤਾ ਨੀਗਾ ਕਿ ਇੱਦਾਂ ਕੰਟੀਨ ਵਿੱਚ ਉਹ ਬਣਾਉਂਦੇ ਆ ਕਿ ਨਹੀਂ ਬਣਾਉਂਦੇ ਹੋ ਸਕਦਾ ਹੁਣ ਸਮੇਂ ਨਾਲ ਚੇਂਜਿੰਗ ਆ ਗਈਆਂ ਹੁਣ ਭਾਵੇਂ ਅੱਜ ਹੋਰ ਹਵਾਵਾਂ ਸਭ ਬਦਲ ਗਈਆਂ ਰਾਵਾਂ ਭਾਵੇਂ ਅੱਜ ਹੋਰ ਹਵਾਵਾਂ ਔਰ ਫਿਰ ਵੀ ਮੈਂ ਚਾਹਾਂ ਮੇਰਾ ਦੇਸ ਹੋਵੇ ਪੰਜਾਬ ਮੇਰਾ ਦੇਸ ਹੋਵੇ ਪੰਜਾਬ ਮੇਰਾ ਦੇਸ ਹੋਵੇ ਪੰਜਾਬ ਹੁਸ਼ਿਆਰਪੁਰ
ਜਾਣਾ ਜਦੋਂ ਪਿਹਾ ਕੇ ਲਿਆਉਣਾ ਸਾਈਕਲ ਦੇ ਕੈਰੀਅਲ ਨਾ ਹੋਣਾ ਬੋਰੀ ਡੰਡਿਆਂ ਵਿੱਚ ਫਸਾ ਲੈਣੀ ਜਦ ਬੋਰੀ ਦਾ ਮੂੰਹ ਖੁੱਲ ਜਾਣਾ ਡੁੱਲਿਆ ਆਟਾ ਚੁੱਕ ਕੇ ਪਾਣਾ ਮਾਨੜ ਦੀ ਤਾਂ ਛੱਟ ਮਨਾ ਲੈਣੀ ਇਹ ਜਿਹੜਾ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੈ ਇਹ ਹੈ ਜੀ ਡੀ ਏ ਵੀ ਕਾਲਜ ਹੁਸ਼ਿਆਰਪੁਰ ਅਸੀਂ ਕਿਸੇ ਟਾਈਮ ਇੱਥੇ ਫੁੱਟਬਾਲ ਖੇਡਣ ਆਉਂਦੇ ਹੁੰਦੇ ਸੀਗੇ ਕਿਉਂਕਿ ਇਹਦੀ ਗਰਾਊਂਡ ਜਿਹੜੀ ਕਾਲਜ ਦੇ ਬਿਲਕੁਲ ਐਂਟਰ ਕਰਦੇ ਨੂੰ ਸਾਹਮਣੇ ਆ ਤੇ ਵੀਡੀਓ ਸਪੈਸ਼ਲ ਬਣਾਈ ਆ ਆਪਣੇ ਦੋਸਤ ਮਨਿੰਦੇ ਵਾਸਤੇ ਜਿਹੜਾ ਪਿੰਡ ਰੋਲੀ ਖੁਰਦ ਤੋਂ ਤੇ ਅੱਜ ਕੱਲ੍ਹ ਜਰਮਨ ਦੇ ਵਿੱਚ ਵੱਸਦਾ ਆ ਇੱਥੇ ਗਾਲਾਂ ਵਿੱਚ ਦੁਆਵਾਂ ਨਾ ਰੁੱਸਣ ਪੁੱਤਾਂ ਨਾਲ ਮਾਵਾਂ ਇੱਥੇ ਗਾਲਾਂ ਵਿੱਚ ਦੁਆਵਾਂ ਨਾ ਰੁੱਸਣ ਪੁੱਤਾਂ ਨਾਲ ਮਾਵਾਂ ਇਸੇ ਲਈ ਮੈਂ ਜਾਵਾਂ ਮੇਰਾ ਦੇਸ ਹੋਵੇ ਪੰਜਾਬ ਮੇਰਾ ਦੇਸ ਹੋਵੇ ਪੰਜਾਬ ਮੇਰਾ ਦੇਸ ਹੋਵੇ ਪੰਜਾਬ ਭਾਵੇਂ ਦੁਨੀਆ ਘੁੰਮ ਲਈਏ ਸੋਹਣਿਆ ਦੁਨੀਆ ਘੁੰਮ ਲਈਏ ਛੱਡੀਏ ਜਹਾਨ ਜਦੋਂ ਹੈ ਛੱਡੀਏ ਜਹਾਨ ਜਦੋਂ ਮਿੱਟੀ ਵਤਨਾਂ ਦੀ ਚੁੰਮ ਲਈਏ ਸੋਹਣਿਆ ਮਿੱਟੀ ਵਤਨਾਂ ਦੀ ਚੁੰਮ ਲਈਏ ਜਦ ਕੋਈ ਇਸ਼ਕ ਕਿਤਾਬ ਖੋਲਦਾ ਜਦ ਹੱਕਾਂ ਲਈ ਖੂਨ ਖੋਲਦਾ ਫਤਿਹ ਵਤਨ ਦਾ ਨਾ ਫਿਰ ਆਉਂਦਾ ਏ ਪਿੱਛੇ ਖੜੇ ਜੀ ਦੁਆਬਾ ਰੋਡਵੇਜ ਜਿਹੜੀ ਜਲੰਧਰ ਹੁਸ਼ਿਆਰਪੁਰ ਇਹਨਾਂ ਦੀ ਲਾਈਨ ਆ ਅਸੀਂ ਕਿਸੇ ਟਾਈਮ ਇਹਦੇ ਵਿੱਚ ਸਫ਼ਰ ਕਰਦੇ ਹੁੰਦੇ ਸੀਗੇ ਤੇ ਉਹ ਬੱਸ ਅੱਡਾ ਆ ਜਿੱਥੇ ਸਾਡੇ ਦੋਸਤਾਂ ਨਾਲ ਵਿਛੋੜੇ ਪੈਂਦੇ ਸੀਗੇ ਕਿਉਂਕਿ ਜਿਹੜੇ ਮਾਲਪੁਰ ਜਾਣ ਵਾਲੇ ਉਹ ਐਕਸਪ੍ਰੈਸ ਤੇ ਚੜ ਜਾਂਦੇ ਹੁੰਦੇ ਸੀਗੇ ਦੂਸਰੇ ਮਗੇਰੀਆਂ ਵਾਲੇ ਰਾਜਧਾਨੀ ਦੇ ਵਿੱਚ ਤੇ ਜਲੰਧਰ ਵਾਲੇ ਦੁਆਬਾ ਵਿੱਚ ਸਫ਼ਰ ਕਰਦੇ ਹੁੰਦੇ ਸੀਗੇ ਅੱਜ ਪੁਰਾਣੀਆਂ ਜਦੋਂ ਤਾਜ਼ੀਆਂ ਹੋ ਰਹੀਆਂ ਸਾਰੀਆਂ ਕਿਉਂਕਿ ਮੈਂ ਬਹੁਤ ਸਾਲਾਂ ਬਾਅਦ ਜਿਹੜਾ ਹੁਸ਼ਿਆਰਪੁਰ ਵਿੱਚ ਆਇਆ ਹੈਗਾ ਉਦੋਂ ਇੱਥੇ ਬੱਸ ਸਰਵਿਸ ਘੱਟ ਹੁੰਦੀ ਸੀ ਪਰ ਹੁਣ ਤਾਂ ਜਿਹੜਾ ਸਾਰਾ ਬੱਸ ਸਟੈਂਡ ਬੱਸਾਂ ਨਾਲ ਭਰਿਆ ਪਿਆ ਆ ਸੋਹਣਾ ਲੱਗਾ ਕਿਉਂਕਿ ਸਾਰਾ ਮੋਡੀਫਾਈ ਕਰ ਦਿੱਤਾ ਪਹਿਲਾਂ ਬੱਸ ਸਟੈਂਡ ਇੱਦਾਂ ਦੀ ਹੁੰਦਾ ਸੀਗਾ ਉਦੋਂ ਪੁਰਾਣਾ ਹੁੰਦਾ ਸੀਗਾ ਜੀ ਸਾਡੇ ਦੁਆਬੇ ਦੇ ਇਲਾਕੇ ਵਿੱਚ ਇਹਨੂੰ ਕਹਿੰਦੇ ਆ ਜੀ ਖੰਡ ਦੇ ਖਿਡੌਣੇ ਹੋ ਸਕਦਾ ਪੰਜਾਬ ਦੇ ਕਿਸੇ ਹੋਰ ਇਲਾਕੇ ਵਿੱਚ ਕੁਛ ਹੋਰ ਕਹਿੰਦੇ ਹੋਣ ਅਸੀਂ ਤਾਂ ਛੋਟੇ ਹੁੰਦੇ ਨੇ ਬਹੁਤ ਖਾਧੇ ਆ ਪਰ ਸਾਡੇ ਬੱਚੇ ਜਿਹੜੇ ਯੂਰਪ ਵਿੱਚ ਆ ਉਹਨੂੰ ਇਹਨਾਂ ਦਾ ਸਵਾਦ ਨਹੀਂ ਪਤਾ ਵੀ ਕਿਹੜੀ ਚੀਜ਼ ਆ ਇਹ ਸਾਡੇ ਹੁਸ਼ਿਆਰਪੁਰ ਦਾ ਮੇਨ ਬਾਜ਼ਾਰ ਜਿੱਥੋਂ ਆਪਾਂ ਹਰੇਕ ਤਰ੍ਹਾਂ ਦਾ ਸਮਾਨ ਲੈ ਸਕਦੇ ਹਾਂ ਮੈਨੂੰ ਯਾਦ ਆ ਅਸੀਂ ਜਦੋਂ ਇੱਥੇ ਪੜ੍ਹਦੇ ਹੁੰਦੇ ਸੀ ਮੰਮੀਆਂ ਸਾਡੀਆਂ ਭੈਣਾਂ ਸਾਡੀਆਂ ਸਾਨੂੰ ਉੱਥੋਂ ਸਮਾਨ ਲੈਣ ਲਈ ਕਹਿੰਦੀਆਂ ਹੁੰਦੀਆਂ ਕਿਉਂਕਿ ਸੂਟ ਬੜੇ ਸਸਤੇ ਮਿਲਦੇ ਆ ਹੋਰ ਜੁੱਤੀਆਂ ਜਿਹੜੇ ਜਲੰਧਰ ਨਾਲੋਂ ਇੱਥੇ ਸਸਤਾ ਸਮਾਨ ਮਿਲਦਾ ਆ ਇਹ ਸ਼ਹਿਰ ਭਾਵੇਂ ਛੋਟਾ ਪਰ ਸਾਡੀਆਂ ਇਹਦੇ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹੁਸ਼ਿਆਰਪੁਰ ਸ਼ਹਿਰ ਦੇ ਨਾਲ ਕਿਉਂਕਿ ਸਾਡਾ ਜਿਹੜੀ ਜਵਾਨੀ ਆ ਸ਼ਹਿਰ 'ਚ ਲੰਘੀ ਆ ਇੱਥੇ ਬਹੁਤ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਆ ਅੱਗੇ ਜਾ ਕੇ ਜਿਹੜਾ ਆ ਇੱਕ ਸ਼ੀਸ਼ ਮਹਿਲ ਆਉਂਦਾ ਤੁਹਾਨੂੰ ਅਸੀਂ ਉਹ ਵੀ ਦਿਖਾਵਾਂਗੇ ਹੁਣ ਤਾਂ ਸ਼ਾਇਦ ਉਹ ਬੰਦ ਪਿਆ ਆ ਆਹ ਲਓ ਜੀ ਕੁੜਤੇ ਸਸਤੇ ਰੇਟਾਂ ਦੇ ਸਾਡੇ ਇਟਲੀ ਵਾਲੀਆਂ ਭੈਣਾਂ ਆਨਲਾਈਨ ਬਹਿ ਕੇ ਰੋਜ਼ ਸਮਾਨ ਵੇਚਦੀਆਂ ਕੋਈ ਝੁਮਕੇ ਵੇਚਦੀ ਕੋਈ ਸੂਟ ਵੇਚਦੀ ਆ ਆਹ ਲਓ ਜੀ ਅਸੀਂ ਤੁਹਾਨੂੰ ਸਿੱਧੇ ਤੌਰ 'ਤੇ ਦਿਖਾਉਂਦੇ ਹਾਂ ਆਹ ਦੇਖੋ ਕਿੰਨੇ ਕਿੰਨੇ ਸੋਹਣੇ ਸੂਟ ਆ ਆਹ ਖਰੀਦੋ ਜੀ ਸੂਟ ਕੋਈ ਆਨਲਾਈਨ ਨਹੀਂ ਤੁਹਾਨੂੰ ਸਿੱਧੇ ਸਿੱਧੇ ਤੌਰ 'ਤੇ ਸੂਟ ਖਰੀਦੋ ਜੀ ਆਹ ਬੰਗਾਂ ਆ ਗਈਆਂ ਬੰਗਾਂ ਚੂੜੀਆਂ ਲਓ ਜੀ ਕਿੰਨੇ ਉਹ ਨਾਲੇ ਪਏ ਆ ਜੀ ਕਿਸੇ ਨਾਲਿਆਂ ਦੇ ਰੋਲ ਚਾਹੀਦੇ ਤੁਹਾਨੂੰ ਲੈ ਕੇ ਦਿੰਦੇ ਜੀ ਨਾਲੇ ਆ ਜਾਓ ਜੀ ਆ ਜਾਓ ਜੁੱਤੀਆਂ ਦੇਖੋ ਪੰਜਾਬੀ ਕਿੰਨੀਆਂ ਸੋਹਣੇ ਸੋਹਣੇ ਜੁੱਤੀਆਂ ਆ
ਦੇਖੋ ਕਿੰਨੀਆਂ ਸਟਾਈਲਿਸ਼ ਬਿਲਕੁਲ ਨਵੀਆਂ ਫੈਂਸੀ ਫੈਂਸੀ ਜਿਹੜੇ ਨਵੀਆਂ ਆਈਆਂ ਹੋਣੇ ਜੀ ਇਹ ਪੰਜਾਬੀ ਜੁੱਤੀ ਨਾਲ ਅੰਗਰੇਜ਼ੀ ਜੁੱਤੀਆਂ ਵੀ ਤੁਹਾਨੂੰ ਨਾਲ ਮਿਲ ਗਈਆਂ ਜੀ। ਇਹੋ ਜਿਹੇ ਬਾਜ਼ਾਰਾਂ ਵਿੱਚ ਆ ਕੇ ਇੱਕ ਚੀਜ਼ ਤਾਂ ਜ਼ਰੂਰ ਮਹਿਸੂਸ ਹੁੰਦੀ ਆ ਕਿ ਜੋ ਆਪਾਂ ਦੇਖਦੇ ਹਾਂ ਜਿਹੜੀ ਸੁੰਦਰਤਾ ਇਹ ਸਮਾਨ ਹੈ ਨਾ ਆਪਣੇ ਲੋਕ ਇੱਕ ਚੀਜ਼ ਮਹਿਸੂਸ ਹੁੰਦੀ ਹੈ ਜਿਹੜੇ ਵਿਦੇਸ਼ਾਂ ਵਿੱਚ ਆਪਾਂ ਚੱਲ ਜਾਂਦੇ ਹਾਂ ਕਿ ਸਾਡੀ ਤਾਂ ਜਵਾਨੀ ਪਰਦੇਸਾਂ ਵਿੱਚ ਬੀਤ ਗਈ, ਸਾਡੀ ਤਾਂ ਜਵਾਨੀ ਪਰਦੇਸਾਂ ਵਿੱਚ ਬੀਤ ਗਈ, ਪਿੰਡ ਜਦੋਂ ਯਾਦ ਆਇਆ ਦਿਲ ਵਿੱਚ ਚੀਜ਼ ਪਈ। ਬਾਕੀ ਚੀਜ਼ਾਂ ਪਈਆਂ ਜਦੋਂ ਇਹੋ ਜਿਹੇ ਆਪਣੀ ਧਰਤੀ ਤੋਂ ਆਪਾਂ ਦੂਰ ਚੱਲ ਜਾਂਦੇ ਹਾਂ ਰੁਜ਼ਗਾਰ ਦੀ ਖਾਤਰ ਹੈ ਨਾ, ਆਪਾਂ ਉੱਥੇ ਜਾ ਕੇ ਵੱਸ ਜਾਂਦੇ ਹਾਂ, ਉਹ ਵੀ ਆਪਣੀ ਇੱਕ ਮਜਬੂਰੀ ਹੁੰਦੀ ਆ। 10 ਰੁਪਏ ਦਾ ਪੀਓ, 10 ਰੁਪਏ ਦਾ ਪੀਓ, ਜੂਸ ਪੀਓ, ਲੈਮਨ ਪੀਓ, 10 ਰੁਪਏ ਜੂਸ ਪੀਓ, ਲੈਮਨ ਪੀਓ, 10 ਰੁਪਏ। ਠੰਡ ਪਾਓ ਜੀ। ਆਲੂ, ਟਮਾਟਰ, ਸੇਬ, ਖੀਰੇ, ਬੈਂਗਣ, ਗੋਭੀ, ਵੱਡਾਂ, ਗੰਢੇ ਸਾਰਾ ਕੁਛ ਲੱਗਾ। ਜਦੋਂ ਅਸੀਂ ਪੜ੍ਹਦੇ ਹੁੰਦੇ ਸੀਗੇ ਅੰਬਾਂ ਦੇ ਸੀਜ਼ਨ ਨੂੰ, ਘਰਦੇ ਸਾਨੂੰ ਕਹਿੰਦੇ ਹੁੰਦੇ ਸੀ, ਆਂਢੀ ਗੁਆਂਢੀ ਵੀ ਕਹਿੰਦੇ ਹੁੰਦੇ ਸੀਗੇ ਕਿ ਤੁਸੀਂ ਜਿਹੜੇ ਇੱਥੋਂ ਅੰਬ ਲੈ ਕੇ ਆਉਣੇ ਆ ਚਾਰ ਪਾਉਣ ਲਈ, ਕਿਉਂਕਿ ਹੁਸ਼ਿਆਰਪੁਰ ਦਾ ਏਰੀਆ ਅੰਬਾਂ ਲਈ ਬੜਾ ਮਸ਼ਹੂਰ ਆ। ਢਿਉ ਉਹ ਵੀ ਅਸੀਂ ਇੱਥੋਂ ਲੈ ਕੇ ਜਾਂਦੇ ਸੀ ਘਰਦਿਆਂ ਵਾਸਤੇ ਚਾਰ ਪਾਉਣ ਲਈ, ਘਰਦਿਆਂ ਨੂੰ ਲਾਹਾ ਹੁੰਦਾ ਸੀ ਤਾਂ ਗੁਆਂਢੀ ਵੀ ਲਾਹਾ ਲੈ ਲੈਂਦੇ ਸੀਗੇ ਵੀ ਨਿਆਣੇ ਗਏ ਉਹ ਹੁਸ਼ਿਆਰਪੁਰ ਨੂੰ ਆਪੇ ਉੱਥੋਂ ਲਿਆਉਣਾ। ਉਦੋਂ ਕਿਹੜੇ ਸਕੂਟਰ ਮੋਟਰਸਾਈਕਲ ਹੁੰਦੇ ਸੀ, ਬੱਸਾਂ ਵਿੱਚ ਬੋਰੇ ਰੱਖ ਰੱਖ ਕੇ ਲੈ ਕੇ ਜਾਂਦੇ ਹੁੰਦੇ ਸੀ ਅਸੀਂ। ਇਹ ਜਿਹੜੀ ਜੀ ਸਬਜ਼ੀ ਦੀ ਸਭ ਤੋਂ ਸਸਤੀ ਮੰਡੀ ਆ ਆ ਸਾਡੇ ਇਲਾਕੇ ਦੀ, ਕਿਸੇ ਨੂੰ ਵੀ ਚਲੋ ਵਿਆਹ ਸ਼ਾਦੀਆਂ ਸਬਜ਼ੀ ਚਾਹੀਦੀ, ਸਾਰੇ ਜਿਹੜੇ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਲੋਕ ਇੱਥੇ ਨੂੰ ਸਬਜ਼ੀ ਲੈਣ ਆਉਂਦੇ ਆ, ਕਿਉਂਕਿ ਹੁਸ਼ਿਆਰਪੁਰ ਜਿਹੜਾ ਸਬਜ਼ੀ ਦਾ ਅਤੇ ਫਰੂਟ ਦਾ ਘਰ ਆ, ਕਾਰਨ ਉਹ ਸਸਤਾ ਸਬਜ਼ੀ ਫਰੂਟ ਇੱਥੋਂ ਹੀ ਮਿਲਦਾ। ਹਾਂਜੀ ਨਹੀਂ ਵੈਸੇ ਆ ਜੀ ਬਸ। ਹਾਂਜੀ ਤੁਸੀਂ ਖੁਸ਼ ਰਹੋ ਜੀ, ਤੁਹਾਡੇ ਨਾਲ ਅਸੀਂ ਖੁਸ਼ ਹਾਂ। ਦੇਖੋ ਜੀ ਕਿੰਨੇ ਆਲੂ ਪਏ ਆ, ਰੇਟ ਤਾਂ ਸਾਨੂੰ ਪਤਾ ਨਹੀਂ ਕਿੰਨਾ ਕਿੰਨਾ ਲੱਗਾ ਆ। ਆਲੂ ਆ, ਬੈਂਗਣ ਦੇਖੋ ਜੀ, ਬੈਂਗਣ ਭਰ ਕੇ ਬੜੇ ਸਵਾਦ ਬਣਦੇ ਹੁੰਦੇ ਆ, ਜੇ ਆਪਾਂ ਭਰ ਕੇ ਬਣਾਈਏ ਸਬਜ਼ੀ ਇਹਨਾਂ ਦੀ ਬਹੁਤ ਸਵਾਦ ਹੁੰਦੀ ਆ। ਆ ਗੋਭੀ ਵੀ ਤਾਜ਼ੀ, ਇੱਥੇ ਤੁਹਾਨੂੰ ਸਾਰੀ ਸਬਜ਼ੀ ਤਾਜ਼ੀ ਮਿਲੂਗੀ ਹਮੇਸ਼ਾ, ਜਦੋਂ ਮਰਜ਼ੀ ਆ ਜਾਓ ਤੁਸੀਂ ਸਵੇਰ ਤੋਂ ਸ਼ਾਮ ਤਾਈਂ। ਇਸ ਮੰਡੀ 'ਚ ਇੱਦਾਂ ਹੀ ਰੌਣਕਾਂ ਲੱਗਦੀਆਂ ਆ, ਆਪਣੇ ਜਿਹੜੇ ਪੁਰਾਣੇ ਦਿਨ ਯਾਦ ਆ ਗਏ ਜਵਾਨੀ ਦੇ ਜਦੋਂ ਅਸੀਂ ਇੱਥੇ ਪੜ੍ਹਦੇ ਹੁੰਦੇ ਸੀਗੇ। ਮੇਰਾ ਦੋਸਤ ਕਹਿੰਦਾ ਯਾਰ ਤੂੰ ਖਾਣ ਪੀਣ ਦੀਆਂ ਗੱਲਾਂ ਕਰੀ ਜਾਂਦਾ, ਮੈਂ ਕੀ ਕਰੀਏ, ਹੁਸ਼ਿਆਰਪੁਰ ਹੈ ਹੀ ਖਾਣ ਪੀਣ ਵਾਸਤੇ ਮਸ਼ਹੂਰ ਆ, ਕਿਉਂਕਿ ਸਬਜ਼ੀ ਇੱਥੇ ਆ, ਫਰੂਟ ਇੱਥੇ ਆ, ਸਾਰਾ ਕੁਛ ਇੱਥੇ ਮਿਲਦਾ। ਹੁਣ ਆਪਾਂ ਉੱਧਰ ਗਏ ਨੀਗੇ ਤੁਹਾਨੂੰ ਦਿਖਾਉਣਾ ਸੀ, ਉੱਥੇ ਅਸੀਂ ਆਈਸਕ੍ਰੀਮ ਬਹੁਤ ਖਾਂਦੇ ਹੁੰਦੇ ਸੀਗੇ ਸਵਰਨ ਪੈਲਸ ਦੇ ਮੂਹਰੇ ਜਦੋਂ ਸਵਰਨ ਸਿਨੇਮਾ ਹੁੰਦਾ ਸੀਗਾ, ਕਿਉਂਕਿ ਇੱਥੇ ਸ਼ੁੱਕਰਵਾਰ ਨੂੰ ਜਿਹੜੀ ਨਵੀਂ ਫਿਲਮ ਲੱਗਦੀ ਹੁੰਦੀ ਸੀ, ਅਸੀਂ ਸੋਮਵਾਰ ਨੂੰ ਨਾ ਸਕੂਲੋਂ ਦੌੜ ਕੇ ਉੱਥੇ ਕਾਲਜ ਤੋਂ ਦੌੜ ਕੇ, ਪਹਿਲੀ ਵਾਰੀ ਮੈਂ ਗੱਲ ਸ਼ੇਅਰ ਕਰਨ ਲੱਗਾ ਘਰਦਿਆਂ ਨੂੰ ਪਤਾ ਲੱਗ ਜਾਣੀ, ਅਸੀਂ ਸੋਮਵਾਰ ਦੌੜ ਕੇ ਜਿਹੜਾ ਪੀੜ ਪੀੜ ਤੋਂ ਅਤੇ ਫਿਲਮ ਦੇਖੀ ਦੀ ਹੁੰਦੀ ਸੀ, ਬਾਰਡਰ ਵੀ ਇੱਥੇ ਦੇਖੀ ਅਸੀਂ, ਜੀਤ ਵੀ ਇੱਥੇ ਦੇਖੀ, ਰਾਜਾ ਹਿੰਦੁਸਤਾਨੀ ਵੀ ਇੱਥੇ ਦੇਖੀ, ਉਸ ਤੋਂ ਬਾਅਦ ਵਿੱਚ ਫਿਰ ਜਿਹੜੀ ਹੁੰਦੀ ਸੀਗੀ ਉਹ ਆਪਣੇ ਸਵਾਰੇ ਦਾ ਲਕਸ਼ਮੀ ਥੀਏਟਰ ਹੁੰਦਾ ਹੈਗਾ ਜੀ, ਉਹਦੇ ਵਿੱਚ ਅਸੀਂ ਦਿਲ ਦਿਲੇ ਦੇਖਿਆ ਸੀਗਾ ਪ੍ਰੀਮੀਅਰ ਸ਼ੋਅ। ਉਹ ਸਾਰੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਅੱਜ ਹੁਸ਼ਿਆਰਪੁਰ ਦੇ ਵਿੱਚ ਆ ਕੇ।